ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਪਤਾ ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ ਹਾਂ, ਪਰ ਫਿਰ ਵੀ ਮੁਬਾਰਕਾਂ ਉਹੀ ਨੇ, ਸ਼ੁਭ ਇੱਛਾਵਾਂ ਉਹੀ ਨੇ ਜੋ ਦਿਲੋਂ ਦਿੱਤੀਆਂ ਜਾਣ। ਅਤੇ ਅੱਜ ਅਸੀਂ ਨਵੇਂ ਸਾਲ 'ਚ ਵੀਡੀਓ ਅਪਲੋਡ ਕਰਨ ਲੱਗੇ। ਸਾਡਾ ਬਹੁਤ ਹੀ ਪਿਆਰਾ ਸਟੂਡੈਂਟ ਹੈ ਬਲਰਾਜ ਸਿੰਘ, ਅਤੇ ਇਹ ਇੱਕ ਲੋਕ ਗੀਤ ਗਾ ਰਿਹਾ ਜੱਗਾ। ਜੱਗਾ ਜੰਮਿਆ ਅਤੇ ਮਿਲਣ ਵਧਾਈਆਂ। ਜੱਗਾ ਸਾਰਿਆਂ ਨੂੰ ਪਤਾ ਹੀ ਹੈ, ਜਿੱਦਾਂ ਇੰਗਲਿਸ਼ 'ਚ ਇੱਕ ਪੰਜਾਬੀ ਰੋਬਿਨ ਹੁੱਡ ਕਹਿ ਸਕਦੇ ਹਾਂ ਅਸੀਂ। ਜੱਗਾ ਇੱਕ ਐਸਾ ਕੈਰੇਕਟਰ ਹੈ ਪੰਜਾਬ ਦੀ ਇੱਕ ਸੱਭਿਆਚਾਰ ਦਾ। ਸੋ ਜੱਗਾ ਗਾਏਗਾ। ਮੈਂ ਬੋਲਣਾ ਇਸ ਕਰਕੇ ਜ਼ਰੂਰੀ ਸਮਝਿਆ ਕਿ ਬਹੁਤ ਸਾਰੇ ਸੱਜਣ ਜਿਹੜੇ ਹੈਗੇ ਆ ਸਾਡੇ ਚਾਹੁਣ ਵਾਲੇ, ਸਾਡੇ ਜਿਹੜੇ ਮਿੱਤਰ ਪਿਆਰੇ ਨੇ ਜਾਂ ਸਾਡੇ ਨਾਲ ਅਟੈਚ ਨੇ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਜਾਂ ਹੋਰ ਚੈਨਲਸ 'ਤੇ, ਅਤੇ ਕਈ ਐਸੇ ਵੀ ਨੇ ਸਾਡੇ ਮਿੱਤਰ ਪਿਆਰੇ ਜਿਹੜੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਕਿ ਉਹ ਨਹੀਂ 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 ਇਹ ਤਾਂ ਫੇਕ ਹੈ, ਇਹ ਸਿਰਫ ਬੁੱਲ ਹਿਲਾ ਰਹੇ ਨੇ, ਇਹ ਸਾਰਾ ਮਿਊਜ਼ਿਕ ਜਿਹੜਾ ਪਹਿਲਾਂ ਹੀ ਰਿਕਾਰਡ ਹੋਇਆ ਹੈ। ਸੋ ਬਾਈ ਜੀ, ਮੈਂ ਇਹ ਕਹਿਣਾ ਚਾਹੂੰਗਾ ਵੀ ਨਾ ਤਾਂ ਸਾਨੂੰ ਇੱਦਾਂ ਦੇ ਫੇਕ ਕੰਮ ਕਰਨ ਦੀ ਲੋੜ ਹੈ, ਅਤੇ ਨਾ ਹੀ ਅਸੀਂ ਇੱਦਾਂ ਦੇ ਫੇਕ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ। ਸੋ ਮੇਰਾ ਚੈਲੰਜ ਹੈ ਕਿ ਜੇ ਕਿਸੇ ਨੂੰ ਵੀ ਕੋਈ ਡਾਊਟ ਹੈ ਮੈਨੂੰ ਕੰਟੈਕਟ ਕਰੋ, ਇੱਥੇ ਆਓ, ਤੁਹਾਡੇ ਸਾਹਮਣੇ ਪਰਫੋਰਮੈਂਸ ਕਰਵਾਵਾਂਗੇ। ਸੋ ਅੱਜ ਵੀ ਜਿਹੜੀ ਪਰਫੋਰਮੈਂਸ ਆ, ਹਾਂ ਮਿਊਜ਼ਿਕ ਜਿਹੜਾ ਸਾਡਾ ਉਹ ਪਹਿਲਾਂ ਰਿਕਾਰਡ ਹੋਇਆ ਹੁੰਦਾ, ਲੇਕਿਨ ਸਿੰਗਰ ਜਿਹੜਾ ਸਾਡਾ ਉਹ ਲਾਈਵ ਗਾਉਂਦਾ ਨਾਲ, ਸਮਝਦੇ ਹੋ, ਲਾਈਵ ਨਾਲ ਗਾਉਂਦਾ, ਕਿਉਂਕਿ ਜੇ ਮਿਊਜ਼ਿਕ ਅਸੀਂ ਬਿਠਾਈਏ ਤਾਂ ਕਾਫੀ ਮਿਊਜ਼ੀਸ਼ੀਅਨਸ ਬਿਠਾਉਣੇ ਪੈਂਦੇ ਆ ਨਾਲ, ਉਸ ਨਾਲੋਂ ਬੈਟਰ ਹੈ ਕਿ ਅਸੀਂ ਪਹਿਲਾਂ ਰਿਦਮ ਦਾ ਸੈਕਸ਼ਨ ਜਾਂ ਮਿਊਜ਼ਿਕ ਦਾ ਸੈਕਸ਼ਨ ਪਹਿਲਾਂ ਰਿਕਾਰਡ ਕਰ ਲਈਦਾ। ਅੱਜ ਵੀ ਇੱਦਾਂ ਹੀ ਕੀਤਾ, ਮਿਊਜ਼ਿਕ ਜਿਹੜਾ ਰਿਦਮ ਸੈਕਸ਼ਨ ਉਹ ਪਹਿਲਾਂ ਹੀ ਰਿਕਾਰਡਡ ਹੈ। ਕੀਬੋਰਡ ਸਾਡੇ ਹਰਸ਼ ਸ਼ਰਮਾ ਜੀ ਕੀਬੋਰਡ ਪਲੇ ਕਰ ਰਹੇ ਨੇ ਔਰ ਬਲਰਾਜ ਸਿੰਘ ਲਾਈਵ ਗਾ ਰਿਹਾ। ਸੋ ਬਾਈ ਜੀ, ਸਮਝਿਆ ਕਰੋ, ਸਾਨੂੰ ਫੇਕ ਚੀਜ਼ਾਂ ਦੀ ਲੋੜ ਨਹੀਂ ਹੈ, ਤੁਹਾਡੇ ਪਿਆਰ ਦੀ ਲੋੜ ਹੈ ਬਸ। ਆਓ ਸੁਣਦੇ ਹਾਂ ਫਿਰ ਜੱਗਾ।